ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਐਫ ਆਈ ਆਰ ਦਰਜ ਹੁਣ ਮਗਰੋਂ ਐਮਪੀ ਰਵਨੀ ਦਾ ਬਟੂਰਾ ਵੱਡਾ ਬਿਆਨ ਅਸੀਂ ਆਪ ਹੀ ਦਿਆਂਗੇ ਗ੍ਰਿਫਤਾਰੀਆਂ ਕਾਂਨੋ ਤੋਂ ਲੁਧਿਆਣਾ ਦੇ ਵਿੱਚ ਆ ਕਾਂਗਰਸ ਵਰਕਰ 5 ਮਾਰਚ ਆ ਮੰਗਲਵਾਰ ਨੂੰ ਸੀਪੀ ਦਫ਼ਤਰ ਦੇ ਵਿੱਚ ਆ ਗ੍ਰਫਤਾਰੀਆਂ ਦੇਣਗੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਹਿ ਕੇ ਉਹ 5 ਮਾਰਚ ਮੰਗਲਵਾਰ ਨੂੰ ਸੀਪੀ ਦਫ਼ਤਰ ਦੇ ਵਿੱਚ ਆ ਗ੍ਰਫਤਾਰੀਆਂ ਦੇਣਗੇ ਦੱਸਦੇ ਕਿ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ ਕਾਂਗਰਸ ਯਾਗੋਂ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ ਇਸ ਦਰਨ ਸਾਬਕਾ ਮੰਤਰੀ ਆਸ਼ੂ ਕਾਫੀ ਨਰਾਜ਼ ਹੋ ਗਏ ਤੇ ਮੀਟਿੰਗ ਅਧੂਰੀ ਛੱਡ ਕੇ ਚਲੇ ਗਏ ਕਾਂਗਰਸ ਦੇ ਵਰਕਰਾਂ ਦੇ ਅਨੁਸ਼ਾਸਨਹੀਨਤਾ ਦੇ ਕਾਰਨ ਗੁੱਸੇ ਵਿੱਚ ਆ ਗਏ ਸੰਸਦ ਮੈਂਬਰ ਬਿੱਟੂ ਨੇ ਕਹਿ ਕੇ ਅੱਜ ਜਗਰਾਉਂ ਤੋਂ ਕਾਂਗਰਸ ਦੇ ਵਰਕਰ ਆਏ ਹੋਏ ਸਨ ਤੇ ਉਹ ਮੀਟਿੰਗ ਨੂੰ ਚੰਗੀ ਤਰ੍ਹਾਂ ਸੁਣ ਰਹੇ ਸਨ ਪਰ ਸ਼ਹਿਰ ਦੇ ਕੁਝ ਵਰਕਰਾਂ ਦੇ ਅਨੁਸ਼ਾਸਨਹੀਨਤਾ ਦੇ ਕਾਰਨ ਆਸ਼ੂ ਗੁੱਸੇ ਵਿੱਚ ਆ ਮੀਟਿੰਗ ਛੱਡ ਕੇ ਚਲੇ ਗਏ ਤੇ ਬਾਕੀ ਸਾਰੇ ਕਾਂਗਰਸ ਦੇ ਇੱਕੋ ਹਨ ਹਰ ਕੋਈ ਗ੍ਰਿਫਤਾਰੀ ਦੇ ਲਈ ਤਿਆਰ ਹੈ ਆਗਲੀ ਖਬਰ ਪ੍ਰਤਾਪ ਵਾਇਬਾਣੇ ਵਿਧਾਨ ਸਭਾ ਦੇ ਵਿੱਚ ਪਾਤਾਗਾ ਤਾਂ ਦੋਸਤੋ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਉਧਾਨ ਸਭਾ ਦੇ ਪਹਿਲੇ ਦਿਨ ਕਾਂਗਰਸ ਪਾਰਟੀ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਅਤੇ ਕਿਸਾਨੀ ਅੰਦੋਲਨ ਦਾ ਮੁੱਦਾ ਉਠਾਇਆ ਗਿਆ ਤੇ ਸਦਨਨ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਵਾਇਬਾਦੇ ਵੱਲੋਂ ਜਿੱਥੇ ਸਦਨ ਦੇ ਅੰਦਰ ਰਾਏਪਾਲ ਦਾ ਭਾਸ਼ਣ ਵਿਚਾਲੇ ਰੁਕਾ ਗਿਆ ਤੇ ਉੱਥੇ ਉਹਨਾਂ ਨੇ ਸਦਨ ਤੋਂ ਬਾਹਰ ਆ ਕੇ ਵੀ ਪੰਜਾਬ ਸਰਕਾਰ ਤੇ ਤਿੱਕੇ ਨਿਸ਼ਾਨੇ ਸਾਦੇ ਸਦਨ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਾ ਪ੍ਰਤਾਪ ਸਿੰਘ ਵਾਇਵਣ ਨੇ ਆਖਿਆ ਕਿ ਮਾਨ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਕੇਸ ਕਮਜ਼ੋਰ ਕਰਨ ਵਾਸਤੇ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਸਾਰੀ ਖੇੜਾ ਖੇਡੀ ਜਾ ਰਹੀ ਆ ਉਹਨਾਂ ਨੇ ਆਖਿਆ ਕਿ ਜਰੂਰ ਤੁਸੀਂ ਬਰਗਾੜੀ ਮਾਮਲੇ ਦੇ ਵਿੱਚ ਅਣਪਛਾਤੇ ਪੁਲਿਸ ਤੇ ਪਰਚਾ ਹੁਣ ਤੇ ਸਵਾਲ ਉਠਾਉਂਦੇ ਹੋ ਤਾਂ ਫਿਰ ਤੁਸੀਂ ਖੁਦ ਕਿਉਂ ਅਜਿਹਾ ਕਰ ਰਹੇ ਹੋ ਜਰ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਾਲਾ ਬਜਟ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਯਬਾ ਨੇ ਆਖਿਆ ਕਿ ਸੀਐਮ ਮਾਨਯਾ ਕਹਦਾ ਇਹ ਗੱਲ ਆ ਕਿਸਕੇ ਜੇਕਰ ਕੇਂਦਰ ਸਰਕਾਰ ਐਮਐਸਪੀ ਨਹੀਂ ਦੇਵੇਗੀ ਤਾਂ ਪੰਜਾਬ ਸਰਕਾਰ ਐਮਐਸਪੀ ਦੇਵੇਗੀ ਤੇ ਐਸਾ ਦਰਾਨ ਉਹਨਾਂ ਦੇ ਵੱਲੋਂ ਕੈਬਨਿਟ ਮੰਤਰੀ ਅਨਮੋਲਾ ਗਗਨਮਾਨ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਿਆਮਾਨ ਤੇ ਆ ਕਾਲੀ ਦਲ ਇੱਕ ਹੋਰ ਮਕਦਮਾ ਠੋਕਣ ਦੀ ਤਿਆਰੀ ਵਿੱਚ ਸੁਖ ਬਿਲਾਸ ਮਾਮਲੇ ਤੇ ਬਿਨਾਂ ਸ਼ਰਤ ਮੁਆਫੀ ਮੰਗਣ ਦੇ ਲਈ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਲਗਾਏ ਗਏ ਦੋਸ਼ਾਂ ਦੇ ਲਈ ਮਾਫੀ ਮੰਗਣਾ ਜਾਂ ਫਿਰ ਇਹ ਝੂਠੇ ਦੋਸ਼ਾਂ ਦੇ ਲਈ ਮਾਨ ਹਾਨੀ ਦੇ ਮੁਕਾਦਮੇ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਸ਼੍ਰੋਮਣੀ ਅਕਾਲੀ ਦਲ ਦੇ ਮੌਖਾ ਬੁਲਾਰੇ ਐਡਵੋਕੇਟ ਅਰਸ਼ਦੀਪ ਸੰਘਾ ਕਲੇਰ ਨੇ ਕਹਿ ਕੇ ਮੁੱਖ ਮੰਤਰੀ ਦੇ ਵੱਲੋਂ ਸੁਖਬੀਰਾ ਸੰਗ ਬਾਦਲਾਤ ਸੋਖ ਬिलास ਹੋਟਲ ਨੂੰ ਝੂਠੇ ਦੋਸ਼ਾ ਸਿਰਫ ਤੇ ਸਿਰਫ ਹਰਿਆਣਾ ਪੁਲਹਰ ਦੇ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਨੌਜਵਾਨ ਕਿਸਾਨ ਸ਼ਭ ਕਰਨ ਸੰਘ ਦੇ ਮੌਜਦੇ ਮਾਮਲੇ ਦੇ ਵਿੱਚ ਗਲਤ ਦਾ ਦਰਜ ਕੀਤੀ ਗਈ 0 ਐਫ ਆਰ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਲਗਾਏ ਗਏ ਹਨ ਆਕਾਲੀ ਦਲ ਦੇ ਬੁਲਾਰਣ ਜੋਰ ਦੇ ਕੇ ਕਹਿ ਕੇ ਅਜੇਹਾ ਪਹਿਲੀ ਵਾਰ ਨਹੀਂ ਆ ਕਿ ਮੁੱਖ ਮੰਤਰੀ ਨੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਹੀ ਤਰਕੀਬਾ ਖੇਢੀ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਭਗਵਾਨਤ ਮਾਨ ਨੇ ਜਦੋਂ ਇਹ ਦੋਸ਼ ਲਗਾਏ ਸਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਖਿਡਾਰੀ ਤੋਂ 2 ਕਰੋੜ ਰੁਪਏ ਦੀ ਰੈਸ਼ਵਾਤਾ ਮੰਗੀ ਸੀ ਤਾਂ ਉਦੋਂ ਵੀ ਅਜਹੀ ਹਰਕਤ ਕੀਤੀ ਸੀ ਅਗਲੀ ਕਵਰਕਸਾਨ ਹਾਜੇ ਨਹੀਂ ਕਰਨਗੇ ਦਿੱਲੀ ਕੂਚਾ 3 ਮਾਰਚ ਨੂੰ ਸ਼ਭ ਕਰਨ ਦੇ ਭੋਗ ਮਗਰੋਂ ਹੋਵੇਗਾ ਅਗਲੀ ਰਣਨੀਤੀ ਦਾ ਐਲਾਨ ਤੰਦਸਤ ਕਿਸਾਨ ਜਥੇਬੰਦਾਂ ਨੇ ਦਿੱਲੀ ਕੂਚਾ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ ਤੇ ਇਸ ਬਾਰੇ ਵੀਰਵਾਰ ਨੂੰ ਵੀ ਕੋਈ ਨਵਾਂ ਐਲਾਨ ਨਹੀਂ ਹੋਇਆ ਫਿਲਹਾਲ ਕਿਸਾਨ ਸ਼ੰਭੂ ਤੇ ਕਨੌਰੀ ਬਾਰਡਰ ਤੇ ਡਟੇ ਰਹਿਣਗੇ ਕਿਸਾਨ ਅੰਦੋਲਨ ਹਜੇ ਖਤਮ ਨਹੀਂ ਹੋਵੇਗਾ ਕਿਸਾਨ ਲੀਡਰਾਂ ਨੇ ਕਹਿ ਕੇ ਘਟੋ ਘਟਾ ਸਮਰਥਨ ਮੌਲਤ ਤੇ ਕ੍ਰੀਤ ਦੀ ਕਾਨੂੰਨੀ ਗਰੰਟੀ ਡਾਕਟਰਾ ਸੁਆਮੀ ਨਾਰਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾ ਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਤੱਕ ਅੰਦੋਲਨ ਜਾਰੀ ਰਹੇਗਾ ਦੱਸਦੇ ਕਿ ਕਿਸਾਨ ਲੀਡਰਾਂ ਨੇ ਕਨੌਰੀ ਬਾਰਡਰ ਦੇ ਉੱਪਰ ਪੁਲਿਸ ਫਾਇਰਿੰਗ ਦਰਾਂ ਮਾਰੀ ਗਈ ਕਿਸਾਨ ਸ਼ਭ ਕਰਨ ਦੇ ਅੰਤਮ ਸੰਸਕਾਰ ਮਗਰੋਂ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਐਲਾਨ ਕਰਨਾ ਸੀ ਮੰਨਿਆ ਜਾ ਰਿਹਾ ਕਿ ਕਿਸਾਨ ਦਿੱਲੀ ਕੂਚ ਦਾ ਐਲਾਨ ਕਰ ਸਕਦੇ ਹਨ ਪਰ ਕਿਸਾਨ ਲੀਡਰਾਂ ਨੇ ਦਿੱਲੀ ਕੂਚ ਦਾ ਫੈਸਲਾ ਫਿਰ ਹਾਲ ਟਾਲ ਦਿੱਤਾ ਬਿਰਵਾਰ ਨੂੰ ਕਿਸਾਨ ਸ਼ੁਭ ਕਰਨ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੇ ਇਹ ਦਰਾਂ ਵੱਡੀ ਗੰੰਤੇ ਦੇ ਵਿੱਚ ਆ ਕਿਸਾਨ ਹਾਜ਼ਰ ਸਨ ਅੰਤਮ ਸੰਸਕਾਰ ਦੇ ਵਿੱਚ ਪਹੁੰਚੇ ਕਿਸਾਨਾਂ ਨੂੰ ਸਰਬੰਨ ਸੰਗਤ ਪੰਦੇਰਾ ਤੇ ਜਗਜੀਤ ਸਿੰਘ ਸੰਗਤ ਢੱਲੇਵਾਲ ਨੇ ਕਹਿ ਕੇ ਸ਼ੁਭ ਕਰਨ ਦੀ ਆਤਮਿਕਾ ਹੈ ਸ਼ਾਂਤੀ ਦੇਲੇ 3 ਮਾਰਚ ਨੂੰ ਅਰਦਾਸ ਕੀਤੀ ਜਾਵੇਗੀ ਤੇ ਦਿੱਲੀ ਮਾਰਚ ਬਾਰੇ ਉਹਨਾਂ ਨੇ ਕਹਿ ਕੇ ਫਿਲਹਾਲ ਇਸ ਬਾਰੇ ਗੱਲ ਕਰਨ ਦਾ ਠੀਕ ਸਮਾਂ ਨਹੀਂ ਕਿਸਾਨ ਆਗੂ ਜਗਜੀਤਾ ਡੱਲੇਵਾਨ ਕਹਿ ਕੇ ਸ਼ੁਭ ਕਰਨ ਨੇ ਸਰਕਾਰ ਦੇ ਅਤਿਆਚਾਰਾਂ ਦੇ ਖਿਲਾਫ ਸਬਰ ਦੇ ਨਾਲ ਲੜਦੇ ਕੁਰਬਾਨੀ ਦਿੱਤੀ ਹੈ ਡੱਲੇਵਾਲ ਨੇ ਸਮੂਹ ਕਿਸਾਨ ਜੱਟ ਬੰਗਣ ਨੂੰ 3 ਮਾਰਚ ਨੂੰ ਸ਼ੁਭ ਕਰਨ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਅਪੀਲ ਕੀਤੀ ਹਰਿਆਣਾ ਚ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਹਰਿਆਣਾ ਦੇ ਬੈਚ ਚ ਲੋਕ ਸਭਾ ਚੋਣਾਂ 2024 ਦੇ ਨਾਲ ਜੁੜੀ ਵੱਡੀ ਖਬਰ ਹੈ ਭਾਰਤੀ ਜਨਤਾ ਪਾਰਟੀ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਤੇ ਇਕੱਲੇ ਚੋਣ ਲੜ ਸਕਦੇ ਆ ਸੂਤਰਾਂ ਦੇ ਮੁਤਾਬਕ ਭਾਪਾ ਦੀ ਮੈਰਾਥਨ ਮੀਟਿੰਗ ਦੇ ਵਿੱਚ ਇਸ ਮਸਲੇ ਤੇ ਚਰਚਾ ਹੋਈ ਇਹ ਮੀਟਿੰਗ ਅ ਬੀਤੀ ਰਾਤ ਨਵੀਂ ਦਿੱਲੀ ਦੇ ਵਿੱਚ ਹੋਈ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਪਾ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਹਰਿਆਣਾ ਰਾਜ ਚੋਣ ਕਮੇਟੀ ਨੇ ਸਾਰੀਆਂ 10 ਸੀਟਾਂ ਦੇ ਲਈ ਉਮੀਦਵਾਰਾਂ ਦੇ ਨਾਂ ਤੈਅ ਕਰਨ ਦੇ ਲਈ ਇੱਕ ਪੈਨਲ ਦਾ ਗਠਨ ਕੀਤਾ ਤੁਹਾਨੂੰ ਦੱਸ ਦੇ ਕਿ ਹਰਿਆਣਾ ਦੇ ਵਿੱਚ ਭਾਪਾ ਪਾ ਤੇ ਜੀ ਜੀ ਪੀ ਵਿਚਾਲੇ ਗੱਠ ਜੋੜਿਆ ਤੇ ਹੱਦ ਦੇ ਬავਯੂਦ ਭਾਪਾ ਇਕੱਲਾ ਹੀ ਲੋਕ ਸਭਾ ਚੋਣਾਂ ਲੜਨ ਦੇ ਤਿਆਰੀ ਕਰ ਰਹੀ ਹੈ ਅਗਲੀ ਖਬਰ ਹੈ ਕਿ ਸਾਨ ਸ਼ੁਭ ਕਰਨ ਦੇ ਪੋਸਟਮਾਰਟਮ ਰਿਪੋਰਟਾਈ ਸਾਹਮਣੇ ਡਾਕਟਰਾਂ ਨੇ ਕੀਤੇ ਵੱਡੇ ਖੁਲਾਸੇ ਸਬੂਤ ਪੁਲਸ ਨੂੰ ਸੌਂਪੇ 21 ਫਰਵਰੀ ਨੂੰ ਦਿੱਲੀ ਕੂਚਾ ਕਰਦੇ ਸਮੇਂ ਫਨੋਰੀ ਸਰਹੱਦ ਤੇ ਹਰਿਆਣਾ ਪੁਲਤ ਦੇ ਨਾਲ ਝੜਪ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ 28 ਫਰਵਰੀ ਦੇ ਰਾਤ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਕਤਲ ਦਾ ਕੇਸ ਦਰਜ ਕੀਤਾ ਜਿਸ ਤੋਂ ਬਾਅਦ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੇ ਸਹਿਮਤੀ ਦੇ ਦਿੱਤੀ ਸੀ 28 ਫਰਵਰੀ ਨੂੰ ਪੋਸਟਮਾਰਟਮ ਸ਼ੁਰੂ ਹੋਇਆ ਜੋ ਕਿ ਕਰੀਬ ਦੇ ਰਾਤ 2 ਵਜੇ ਤੱਕ ਚੱਲਦਾ ਰਿਹਾ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਇਆ ਨਾ ਹਿੰਦੁਸਤਾਨਾ ਟਾਈਮਜ਼ ਦੀ ਰਿਪੋਰਟ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦਿਆਂ ਕਹਿ ਕੇ ਬੰਦੂਕ ਦੇ ਨਾਲ ਸੱਟ ਲੱਗਣ ਕਰਕੇ ਉਹਦੇ ਮੌਤ ਹੋਈ ਹੈ ਇਸ ਦੇ ਨਾਲ ਹੀ ਸ਼ੁਭਕਰਨ ਦੇ ਸਰ ਦੇ ਬੱਚਾ ਬਾਹਰੀ ਤੱਤ ਵੀ ਪਾਏ ਗਏ ਸਨ ਪੋਸਟਮਾਰਟਮ ਤੋਂ ਪਹਿਲਾਂ ਸ਼ੁਭਕਰਨ ਸੰਘ ਦਾ ਸੀ.ਟੀ.ਐਸ ਕੈਨ ਵੀ ਕੀਤਾ ਗਿਆ ਸੀ ਜਿਹਦੇ ਵਿੱਚ ਉਹਦੇ ਸਰ ਦੇ ਬੱਚਾ ਸ਼ਰੇ ਵੀ ਪਾਏ ਗਏ ਹਨ ਪਿਛਲੇ ਹਫਤੇ ਪਟਿਆਲਾ ਡਿਹਾਸ ਹਸਪਤਾਲ ਤੋਂ ਜਾਰੀ ਕੀਤੀਆਂ ਮੈਡੀਕਲ ਕਾਨੂੰਨੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਾਰਵਾਈ ਦੇ ਵਿੱਚ ਜ਼ਖਮੀ ਹੋਏ ਕਈ ਪ੍ਰਦਰਸ਼ਨਕਾਰੀਆਂ ਦੇ ਸਰੀਰ ਦੇ ਉੱਪਰਲੇ ਹਿੱਸੇ ਤੇ ਸ਼ਰੀਰਾਂ ਦੇ ਜ਼ਖਮ ਪਾਏ ਗਏ ਹਨ। ਅਗਲੀ ਖਬਰ ਹੈ ਪੰਜਾਬ ਬਜਟ ਐ ਸ਼ੈਸ਼ਨ ਰਾਏਪਾਲ ਦੇ ਭਾਸ਼ਣ ਦੌਰਾਨ ਲੱਗੇ ਮਰਦਾਬਾਦ ਦੇ ਨਾਰੇ। ਪੰਜਾਬ ਸਰਕਾਰ ਦਾ ਬਜਟ ਐ ਸ਼ੈਸ਼ਨ ਕੱਲ ਤੋਂ ਸ਼ੁਰੂ ਹੋ ਗਿਆ ਰਾਏਪਾਲ ਆਪਣੀ ਕਾਰਵਾਈ ਦੇ ਪਹਿਲੇ ਦਿਨ ਉਦਾਨ ਸਭਾ ਨੂੰ ਸੰਬੋਧਨ ਕਾਰਜ ਸੰਨ ਅਤੇ ਵਿਰੋਧੀ ਧਿਰ ਦੇ ਕਾਂਗਰਸੀ ਐ ਸਦਰਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਂਦੇ ਰਹੇ ਅਤੇ ਕਿਸਾਨਾਂ ਦੇ ਉੱਪਰ ਤਸ਼ਾਦਦ ਦੀ ਨਿੰਦਾ ਵੀ ਕਰਦੇ ਰਹੇ ਐ ਸਦਰਨ ਵਿਰੋਧੀ ਪਾਰਟੀ ਕਿਸਾਨ ਅੰਦੋਲਨ ਅਤੇ ਸ਼ਵਕ ਕਰਨ ਦੇ ਮੌਤ ਵਰਗੇ ਮੁੱਦਿਆਂ ਤੇ ਨਾਰੇਬਾਜ਼ੀ ਕਰਕੇ ਇਨਸਾਫ਼ ਦੀ ਮੰਗ ਕਰਦੇ ਰਹੇ ਦੁਪਹਿਰ ਬਾਅਦ ਮਰਤਕ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਤੋਂ ਬਾਅਦ 2 ਅਤੇ 3 ਮਾਰਚ ਨੂੰ ਛੁੱਟੀ ਰਹੇਗੀ ਫੇਰਾ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ ਇਹ ਬਹਿਸ ਸਿਰਫ ਇੱਕ ਦਿਨ ਤੱਕ ਚੱਲੇਗੀ ਸਰਕਾਰ 5 ਮਾਰਚ ਨੂੰ ਆਪਣਾ ਬਜਟਾ ਪੇਸ਼ ਕਰੇਗੀ ਅਗਲੇ ਦਿਨ ਬਜਟ ਤੇ ਬਹਿਸ ਹੋਵੇਗੀ ਅਗਲੀ ਖਬਰ ਹੈ ਪੀਐਮ ਮੋਦੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਕੇਂਦਰ ਨੇ ਸੋਨੇ ਸੀਜ਼ਨ ਦੇ ਲਈ 24000 ਕਰੋੜ ਰੁਪਏ ਦੇ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਸਾਨਾਂ ਨੂੰ ਪਰਮੋਕਸ਼ਕ ਪੋਸ਼ਕ ਤੱਤਾਂ ਡੀਐਪੀ 3500 ਰੁਪਏ ਪ੍ਰਤੀ ਥੇਲਾ 50 ਕਿਲੋ ਦੇ ਭਾਅ ਦੇ ਉੱਪਰ ਮਿਲਦੀ ਰਹੇਗੀ ਇਸ ਦੇ ਨਾਲ ਹੀ ਹੋਰ ਪਰਮੋਕਸ਼ਕ ਰਸਾਇਣਕ ਖਾਦਾਂ ਦੀਆਂ ਪਰਚੂਨ ਕੀਮਤਾਂ ਵੀ ਸਥਿਰ ਰਹਿਣਗੀਆਂ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਦੇ ਬੈਚ ਹੋਈ ਕੈਬਨਟ ਦੀ ਬੈਠਕ ਦੇ ਵਿੱਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਸੌਣੀ ਸੀਜ਼ਨ ਦੇ ਲਈ ਪੋਸ਼ਕ ਤੱਤਾਂ ਆਧਾਰਿਤ ਸਬਸਿਡੀ ਦਰਾਂ ਤੈਅ ਕਰਨ ਲਈ ਖਾਦ ਵਿਭਾਗ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਬਨਿਟ ਦੇ ਵੱਲੋਂ ਐਨਬੀਐਸਾ ਜੋਇਨਾ ਤਹਿਤ ਖਾਦ ਦੇ ਤਿੰਨ ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਅਗਲੀ ਖਬਰ ਹੈ ਦਿੱਲੀ ਕੂਚ ਦਾ ਫੈਸਲਾ ਕੱਲ ਤੋਂ ਬਾਅਦ ਅੱਜ ਸ਼ੰਭੂ ਖਨੌਰੀ ਤੇ ਪਹੁੰਚਣਗੇ ਕਲਾਕਾਰ ਅੰਦੋਲਨ ਵਿੱਚ ਭਰਨਗੇ ਨਵੀਂ ਜਾਨ। ਤਾਂ ਦੋਸਤੋ ਦੱਸਦੇ ਕਿ 21 ਫਰਵਰੀ ਨੂੰ ਕਨੌਰੀ ਬਾਰਡਰ ਤੇ ਸ਼ੁਭਕਰਨ ਸੰਘ ਦੇ ਮੌਤ ਤੋਂ ਬਾਅਦ ਇੱਕ ਸਨਨ ਦਿੱਲੀ ਬਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ ਪਰ ਫਿਰ ਵੀ 29 ਫਰਵਰੀ ਨੂੰ ਦਿੱਲੀ ਵਾਲੇ ਸਨਰੇ ਮਾਰਚ ਨੂੰ ਲੈ ਕੇ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ ਹੁਣ ਕਿ ਸਨ ਸ਼ੁਭ ਕਰਨ ਦੇ ਭੋਗ ਤੋਂ ਬਾਅਦ ਇਹ ਅੱਗੇ ਦਾ ਫੈਸਲਾ ਲੈਣਗੇ ਕਿਸਾਨ ਆਗੂ ਸਰਬੰਨ ਸੰਘ ਪੰਦੇਰਾ ਤੇ ਜਗਜੀਤ ਸੰਘ ਡੱਲੇ ਵਾਲ ਨੂੰ ਦੱਸ ਸਕੇ ਸ਼ੁਭ ਕਰਨ ਦੇ ਆਤਮਿਕ ਸ਼ਾਂਤੀਦਲੇ ਅੰਤਿਮ ਅਰਦਾਸ 3 ਮਾਰਚ ਨੂੰ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਹ ਅੱਗੇ ਵਦਨ ਦਾ ਕੋਈ ਫੈਸਲਾ ਲੈ ਜਾਵੇਗਾ ਸ਼ੁਭ ਕਰਨ ਦਾ ਅੰਤਮ ਸੰਸਕਾਰ 29 ਫਰਵਰੀ ਨੂੰ ਕੀਤਾ ਗਿਆ ਸੀ ਐਸਾ ਦਰਾਨ ਸਾਰੀਆਂ ਕਿਸਾਨ ਜੱਟ ਬੰਨਿਆਂ ਦੇ ਬੋਲ ਆਪੜੀਆਂ ਮੰਗਾਂ ਨੂੰ ਲੈ ਕੇ ਮੜ ਇੱਕ ਮੰਚ ਤੇ ਇਕੱਠੇ ਹੁੰਦੀ ਸੰਭਾਵਨਾ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇ 6 ਮੈਂਬਰੀ ਤਾਲਮੇਲ ਕਮੇਟੀ ਨੇ ਦਿੱਲੀ ਦੇ ਬਾਹਰ ਮਾਰਚਾ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਅਮੋਰਚੇ ਦੇ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੁਣ ਪੰਦੇਰਾ ਤੇ ਡੱਲੇਵਾਲ ਧੜਿਆਂ ਦੇ ਦੋਵੇਂ ਮੰਚਾਂ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਛੇ ਮੈਂਬਰੀ ਤਾਲਮੇਲ ਕਮੇਟੀ ਵੀ ਬਣਾਈ ਜਾਵੇਗੀ ਕਮੇਟੀ ਦੇ ਨਾਮਾਂ ਦਾ ਫੈਸਲਾ ਕਰ ਲਿਆ ਗਿਆ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਤਨਾਮ ਸਿੰਘਾ ਪੰਨੂ ਨੇ ਕਿਹਾ ਕਿ ਤਾਲਮੇਲ ਕਮੇਟੀ ਨੇ ਸੰਪਰਕ ਕੀਤਾ ਹੈ ਗੱਲਬਾਤ ਹੋਈ ਹੈ ਤਦ ਦੇ ਐਸ ਕੇ ਐਮ ਕੇ ਐਮ ਦੇ ਸ਼ੇਸ਼ੇ ਮੈਂਬਰਾਂ ਦੇ ਨਾਲ ਇੱਕ ਕਤਾਲ ਮਿਲ ਕਮੇਟੀ ਬਣਾ ਰਿਹਾ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਤੜਕੇ ਸਵੇਰ ਤੋਂ ਹੀ ਕਈ ਥਾਵਾਂ ਤੇ ਮੀਂਹ ਦੇ ਨਾਲ ਤੇਜ਼ ਹਵਾਵਾਂ ਆਈਐਮਡੀ ਦੇ ਵੱਲੋਂ orange alert ਜਾਰੀ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਮਾਝਲ ਪ੍ਰਦੇਸ਼ ਦੇ ਵਿੱਚ ਮੀਂਹ ਬਾਰ ਬਾਰੀ ਤੇਜ਼ ਹਵਾਵਾਂ ਤੇ ਗੜੇ ਮਾਰੀ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਤੜਕੇ ਸਵੇਰ ਤੋਂ ਹੀ ਕਈ ਥਾਵਾਂ ਤੇ ਬਾਰਿਸ਼ੂਰੀਆ ਤੇ ਨਾਲ ਹੀ ਤੇਜ਼ ਹਵਾਵਾਂ ਵੀ ਖੂਬ ਚੱਲ ਰਹੀਆਂ ਹਨ ਮੌਸਮ ਵਿਭਾਗ ਨੇ ਪੌਵੇਕ ਬਾਣੀ ਕੀਤੇ ਹੈ ਕਿ ਮਾਰਚ ਦਾ ਮਹੀਨਾ ਉੱਤਰੀ ਭਾਰਤ ਵਿੱਚ ਠੰਡਾ ਰਹੇਗਾ ਇਸ ਦੇ ਨਾਲ ਹੀ ਬਾਰਿਸ਼ ਆਮ ਦੇ ਨਾਲ ਘੱਟ ਹੋ ਸਕਦੀ ਹੈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਦਾ ਔਰੇਂਜਾ ਅਲਰਟ ਜਾਰੀ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਦਾ ਔਰੇਂਜਾ ਅਲਰਟ ਜਾਰੀ ਕੀਤਾ ਗਿਆ ਹੈ ਪਠਾਨਕੋਟਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਤਲਾ ਹੁਸ਼ਿਆਰਪੁਰ ਜ਼ਿਲਹੰਦਰ ਮੋਗਾ ਬਰਨਾਲਾ ਸੰਗਰੂਰਾ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਫਤੇਗੜ ਸਾਹਿਬਾਤ ਪਟਿਆਲਾ ਦੇ ਵਿੱਚ ਮੀਂਹ ਦੇ ਨਾਲ ਨਾਲ ਗੜੇ ਮਾਰੇ ਦੇ ਸੰਭਾਵਨਾ ਜਾਂਦੇ ਕਿ ਬਾਕੀ ਜ਼ਿਲ੍ਹਿਆਂ ਵਿੱਚ येलो ਅਲਰਟ ਰਹੇਗਾ